ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆ ਦੇ YouTube ਚੈਨਲ ਟਰੈਕਟਰ VR2 ਤੇ ਜੇ ਕਿਸੇ ਨੇ ਕੋਈ ਐਡ ਲਵਾਉਣੀ ਹੋਵੇ ਸਾਡੇ ਹੈਲਪਲਾਈਨ ਨੰਬਰ ਸਕਰੀਨ ਤੇ ਸ਼ੋਅ ਹੋ ਰਹੇ ਨੇ 73409 45620 ਪੰਜ ਤੋਂ 10 ਫੋਟੋਆਂ ਤੇ ਪੂਰੀ ਡਿਟੇਲ ਜਾਣਕਾਰੀ ਭੇਜ ਕੇ ਤੁਸੀਂ ਸਾਡੇ ਚੈਨਲ ਦੇ ਉੱਤੇ ਫ੍ਰੀ ਚ ਐਡ ਲਵਾ ਸਕਦੇ ਹੋ ਕੋਈ ਵੀ ਚੀਜ਼ ਹੋਵੇ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਸੁਹਾਗਾ ਰੂਟਾਵੇਟਰ ਕੰਪਿਊਟਰ ਕਰਾ ਤੇ ਜ਼ਮੀਨ ਜਾਂ ਪਲਾਟ ਦੀ ਇਹਨਾਂ ਦੀ ਤੁਸੀਂ ਸਾਡੇ ਚੈਨਲ ਤੇ ਫੋਟੋਆਂ ਭੇਜ ਕੇ ਫ੍ਰੀ ਚੈਟ ਲਵਾ ਸਕਦੇ ਆ ਅੱਜ ਬਾਈ ਜੀ ਪਹਿਲਾਂ ਗੱਲ ਕਰਦੇ ਆ ਸੋਨਾਲੀਕਾ 753 IRX ਸਕੰਦਰ ਮਾਡਲ ਟਰੈਕਟਰ ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2017 ਮਾਡਲ ਦਾ ਟਰੈਕਟਰ ਕੁੱਲ 1000 ਕ ਘੰਟੇ ਚੱਲਿਆ ਹੋਇਆ ਵਾ ਬੜੀਆ ਸਾਫ਼ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਟਾਇਰ ਨੇ 60 ਤੋਂ 80 ਪੈਸੇ ਦੇ ਵਿੱਚ ਵਿੱਚ ਆ ਮਾਲਕਾਂ ਨੇ ਦੱਸਿਆ ਨਹੀਂ ਮੈਂ ਤੁਹਾਨੂੰ ਆਪਦੇ ਹਿਸਾਬ ਜੀ ਇਹਨਾਂ ਨੂੰ ਦੱਸਿਆ ਮਾਰਾ ਜੀ ਪੀਬੀ 13 ਨੰਬਰ ਆ ਆ ਤੁਸੀਂ ਬਾਕੀ ਸ਼ੋ ਵਗੈਰਾ ਦੀ ਕੰਡੀਸ਼ਨ ਵੇਖ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਮਗਰਲੇ ਸਿਰਾ ਟਰੈਕਟਰ ਆਲ ਓਕੇ ਆ ਕੋਈ ਕੰਮ ਨਹੀਂ ਭਾਲਦਾ ਕੋਈ ਰਿਪੇਅਰ ਨਹੀਂ ਭਾਲਦਾ ਕਿਤੇ ਕੋਈ ਆਵਾਜ਼ ਨਹੀਂ ਕਿਤੇ ਟਰੈਕਟਰ ਭੰਨ ਤੋੜਨੀ ਹੋਈ ਕੋਈ ਐਕਸੀਡੈਂਟ ਨਹੀਂ ਹੋਇਆਗਾ ਪ੍ਰਾਈਸ ਦੀ ਗੱਲ ਕਰੀਏ ਮਾਲਕਾਂ ਨੇ ਪ੍ਰਾਈਸ ਰੱਖਿਆ 5,60,000 ਰੁਪਇਆ ਏਰੀਆ ਹੈਗਾ ਸੰਗਰੂਰ ਜਿੱਥੇ ਟਰੈਕਟਰ ਖੜਾ ਹੈ ਜੀ ਨੰਬਰ ਮਾਲਕਾਂ ਦਾ ਸਕਰੀਨ ਦੇ ਥੱਲੇ ਸ਼ੋ ਹੋ ਰਿਹਾ ਉਹ ਤੇ ਫੋਨ ਲਾ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀ ਸੱਜਣ ਮਿੱਤਰ ਚਾਹਵਣ ਹੋਣ ਇੱਕ ਭਾਈ ਵਾਦ ਤੋਂ ਵਾਦ ਐਡਾ ਭੇਜਿਓ ਆਪਾਂ ਨੂੰ ਟਰੈਕਟਰਾਂ ਦੀਆਂ ਜ਼ਿਆਦਾ ਭੇਜਿਓ ਟਰੈਕਟਰਾਂ ਦੀਆਂ ਥੋੜੀਆਂ ਘੱਟ ਨੇ ਸੋ ਅੱਗੇ ਗੱਲ ਕਰਦੇ ਹਾਂ ਨਿਊ ਹਾਲੈਂਡ 3630 ਪਲੱਸ ਟਰੈਕਟਰ ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਜੀ 2012 ਮਾਡਲ ਦਾ ਟਰੈਕਟਰ ਕੋਈ ਕੰਮ ਨਹੀਂ ਪਹਾਲਦਾ ਕੋਈ ਇੰਜਨ ਦਾ ਨਹੀਂ ਕੋਈ ਗੇਅਰ ਦਾ ਨਹੀਂ ਕੋਈ ਮਗਰਲੇ ਹਿੱਸੇ 'ਚੋਂ ਆਵਾਜ਼ ਨਹੀਂ ਕੋਈ ਗੇਅਰ ਦੀ ਭਾਂ ਤੋੜਨੀ ਹੋਈਗੀ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਤੋਂ ਰੰਗ ਨਹੀਂ ਹੋਇਆ ਦੁਬਾਰਾ ਟਾਇਰਾਂ ਦੀ ਗੱਲ ਕਰੀਏ ਮਾਲਕ ਵੀਰਾਂ ਦੱਸਣ ਅਨੁਸਾਰ ਜਿਵੇਂ ਨਵੇਂ ਟਾਇਰ ਨੇ ਥੋੜੇ ਬਹੁਤੇ ਕਸੇ ਨੇ ਤੇ ਪ੍ਰਾਈਸ ਦੀ ਗੱਲ ਕਰੀਏ 4 ਲੱਖ ਤੇ 40000 ਰੁਪਿਆ ਮਾਲਕਾਂ ਲਈੋਂ ਡਿਮਾਂਡ ਆ ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਉਹ ਤੁਸੀਂ ਥੱਲੇ ਸ਼ੋ ਹੋ ਰਹੇ ਮਾਲਕਾਂ ਦੇ ਨੰਬਰਾਂ ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਬਾਕੀ ਟਰੈਕਟਰ ਦੀ ਕੰਪਲੀਟ ਡਿਟੇਲ ਜਾਣਕਾਰੀ ਲੈ ਸਕਦੇ ਹੋ ਥੱਲੇ ਸ਼ੋ ਹੋ ਰਹੇ ਨੰਬਰਾਂ ਤੇ ਇਹ ਮਾਲਕਾਂ ਦੇ ਨੰਬਰ ਨੇ ਇੱਕ ਬਾਈ ਜੀ ਸਾਨੂੰ ਫੋਨ ਨਾਲ ਆਇਆ ਕਰੋ ਜੇ ਕੋਈ ਚੀਜ਼ ਚਾਹੀਦੀ ਹੈ ਸਦੀ ਟਰੈਕਟਰ ਮਾਲਕਾਂ ਨਾਲ ਕੰਟੈਕਟ ਕਰਿਆ ਕਰੋ ਜੇ ਤੁਸੀਂ ਕੋਈ ਚੀਜ਼ ਸਾਡੀ ਐਡ ਦੇ ਰਾਹੀਂ ਵੇਖਦੇ ਆ ਹੁਣ ਅੱਗੇ ਗੱਲ ਕਰਦੇ ਆ 1122 6 ਦੀ ਟਰਾਲੀ ਹੈ ਬਾਈ ਜੀ ਬਕਾਉ ਇਹ ਜੈਕ ਵਾਲੀ ਟਰਾਲੀ ਆ ਜਿੱਕ ਲੱਗਾ ਹੋਇਆ ਡਬਲ ਟੈਰੀਆ 2015 ਚ ਬਣੀ ਹੋਈ ਹੈ ਇਹ ਟਰਾਲੀ 20+ ਵੇਟ ਹੈ ਇਹਦਾ 20 ਕੁਆਂਟਲ ਤੋਂ ਯਾਨੀ ਕਿ ਉੱਤੇ ਵੇਟ ਹੈ ਟਰਾਲੀ ਦਾ ਮਾਲਕ ਵੀਰਾਂ ਨੇ ਦੱਸਣ ਅਨੁਸਾਰ ਜਮਾ ਬ੍ਰਾਂਡ ਨੂੰ ਨਵਾਂ ਰੰਗ ਕਰਾਇਆ ਹੋਇਆ ਵਾ ਆ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੀਆਂ ਫੋਟੋਆਂ ਦੇਖ ਸਕਦੇ ਹੋ ਵਧੀਆ ਹਾਲ ਤੇ ਟਾਇਰ ਪਏ ਨੇ ਰਾਇਸ ਦੀ ਗੱਲ ਕਰੀਏ 1,30,000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਜਿਹੜਾ ਨੰਬਰ ਆ ਮਾਲਕਾਂ ਦਾ ਉਹ ਸਕਰੀਨ ਦੇ ਹਲੇ ਸ਼ੋਅ ਹੋ ਰਿਹਾ ਵਾ ਉਹਨਾਂ ਦੇ ਫੋਨ ਲਾ ਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜਿੰਨਾ ਵੀ 11 ਜਿਨ੍ਹਾਂ ਨੂੰ 11226 ਵਾਲੀ ਟਰਾਲੀ ਦੀ ਲੋਡ ਹੋਵੇ 6 6.5 ਵਾਲੀ ਵਧੀਆ ਹਾਲਤ ਇਹ ਟਰਾਲੀ ਪਈ ਹੋਈ ਆ ਇੱਕ ਬਾਈਜੀ ਬਾਅਦ ਥੋੜੇ ਜਿਨਾ ਚੈੱਕ ਇੱਕ ਕੰਪੈਰੀਜ਼ਨ ਆਊਗਾ ਟਰੈਕਟਰਾਂ ਦਾ ਸੋਨਾਲੀਕਾ ਟਰੈਕਟਰ ਤੇ 855 ਦੇ ਵਿੱਚ ਠੀਕ ਹੈ ਜੀ ਤੇ ਹੁਣ ਅੱਗੇ ਗੱਲ ਕਰਦੇ ਆ ਸਵਰਾਜ 735 FE ਟਰੈਕਟਰ ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1998 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ ਵਧੀਆ ਸੰਭਾਈ ਟਰੈਕਟਰ ਪਿਆ ਹੋਇਆ ਵਾ ਸਾਰਾ Ориਜਨਲ ਰੰਗ ਆ ਜੀ ਪੰਜਾਬ ਨੰਬਰ ਆ PB04 ਸ਼ੋ ਦਾ ਰੰਗ ਬਾਡੀ ਚਾਸੀ ਦਾ ਰੰਗ ਸਾਰਾ Ориਜਨਲ ਆ ਜਿਹੜਾ ਜਾਂਸੀ ਚੋਂ ਆਇਆ ਸੀਗਾ ਕਿਤੋਂ ਰੰਗ ਪੇੜ ਫਿੱਟਿਆ ਨੀਗਾ ਕਿਤੋਂ ਲਿਹਾ ਨਹੀਂ ਕਿਤੋਂ ਕੋਈ ਫਵਾਰਾ ਨਹੀਂ ਵੱਜਿਆ ਟਰੈਕਟਰ ਦੇ ਠੀਕ ਹੈ ਇਹ ਸਾਰੀ ਭਾਈ ਸੰਭਾਈ ਦੇ ਉੱਤੇ ਨਿਰਪਰ ਹੁੰਦੀ ਹੈ ਗੱਲ ਰੱਖਣੂ ਦਾ ਬੰਦਾ 50 ਮਾਡਲ ਟਰੈਕਟਰ ਵੀ ਪੂਰਾ ਦਾ ਵਧੀਆ ਰੱਖ ਲੈਂਦਾ ਵਾ ਟਾਇਰਾਂ ਦੀ ਗੱਲ ਕਰੀਏ 90% ਟਾਇਰ ਨੇ ਟਰੈਕਟਰ ਦੇ ਬਾਕੀ ਸਾਰੇ ਬਿਨਾ ਟੱਕ ਵਗੈਰਾ ਵਾਲੇ ਟਾਇਰ ਨੇ ਮੋਗਾ ਏਰੀਆ ਜਿੱਥੇ ਟਰੈਕਟਰ ਖੜਾ ਵਾ 1 ਲੱਖ 75000 ਰੁਪਿਆ ਡਿਮਾਂਡ ਟਰੈਕਟਰ ਦੀ ਕਿਉਂਕਿ ਬਾਈ ਜੀ ਸਮਾਈ ਦਾ ਹੀ ਅਗਲਾ ਮੁੱਲ ਮੰਗਦਾ ਹੁੰਦਾ ਵਾ ਨੰਬਰ ਮਾਲਕਾਂ ਦਾ ਸਕਰੀਨ ਦੇ ਥਲੇ ਸ਼ੋ ਹੋ ਰਿਹਾ ਵਾ ਉਹ ਤੇ ਫੋਨ ਲਾ ਕੇ ਇਹ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਇਹ ਟਰੈਕਟਰ ਲੈਣ ਦੇ ਹੁਣ ਅੱਗੇ ਗੱਲ ਕਰਦੇ ਆ 43600 ਮੋਡੀਫਾਈ ਬਾਈ ਜੀ ਬਕਾਊ ਆ ਟਰੈਕਟਰ ਇਹ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1990 ਮਾਡਲ ਟਰੈਕਟਰ ਇੰਜਣ ਗੇਅਰ ਲੈਫਟ ਪੰਪ ਮਗਰਲੇ ਹਿੱਸੇ ਦਾ ਟਰੈਕਟਰ 올 ਸੀਲਡ ਆ ਹੈਵੀ ਬੰਪਰ ਲੱਗਾ ਹੋਇਆ ਹੈ ਬੰਪਰ ਦੇ ਉੱਤੇ ਪੂਰੀ ਐਸੈਸਰੀ ਫਿੱਟ ਕੀਤੀ ਹੋਈ ਆ ਲਾਈਟਾਂ ਵਗੈਰਾ ਹਾਰਨ ਵਗੈਰਾ ਜੋ ਝੰਡੇ ਝੁੰਡੇ ਬਾਕੀ ਜਿਹੜਾ ਰੰਗ ਆ ਪੂਰਾ ਵਧੀਆ ਰੰਗ ਪੇਂਟ ਕਰਾਇਆ ਹੋਇਆ ਆ ਮਾਲਕਾਂ ਦਾ ਮਗਰਾੜ ਵਗੈਰਾ ਸਭ ਵਧੀਆ ਪਏ ਨੇ ਟਾਇਰ ਵਗੈਰਾ ਵਧੀਆ ਪਏ ਨੇ ਨਵੀਂ ਟਾਇਰ ਨੇ ਇੱਕ ਹਿਸਾਬ ਨਾਲ ਥੋੜੇ ਬਹੁਤੇ ਕੱਸ ਜਾਂਦੇ ਆ ਚਲੋ ਉਹਦਾ ਕੋਈ ਚੱਕਰ ਨਹੀਂ ਹੁੰਦਾ ਹੱਡ ਵਾਲੀ ਛਤਰੀ ਤੇ ਮਿਊਜ਼ਿਕ ਸਿਸਟਮ ਟਰੈਕਟਰ ਦੇ ਉੱਤੇ ਲੱਗਾ ਹੋਇਆ ਵਾ ਤੇ ਆ ਮਗਰ ਲਈ ਸਹੇੜੀਆਂ ਫੋਟੋਆਂ ਤੁਹਾਨੂੰ ਸ਼ੋ ਹੋ ਰਹੀਆਂ ਨੇ ਆ ਵੇਖ ਲਓ ਬਾਕੀ ਸਾਰਾ ਜੈਕ ਜੋ ਡੰਡੇ ਡੁੰਡੇ ਜੇ ਹੁੰਦੇ ਸਾਰਾ ਕੁਆ ਵਰੀਆ ਲਵਾਇਆ ਹੋਇਆ ਮਾਲਕਾਂ ਦਾ ਸਾਰੀ ਐਸੈਸਰੀ ਬ੍ਰਾਂਡ ਨਿਊ ਲਵਾਈ ਹੋਈ ਆ ਪ੍ਰਾਈਸ ਦੀ ਗੱਲ ਕਰੀਏ 1,80,000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਘਟਾ ਕੀਤਾ ਜਾਊਗਾ ਏਰੀਆ ਹੈਗਾ ਮੋਗਾ ਜਿੱਥੇ ਟਰੈਕਟਰ ਖੜਾ ਆ ਜੀ ਨੰਬਰ ਮਾਲਕਾਂ ਦਾ ਸਕਰੀਨ ਦੇ ਥੱਲੇ ਸ਼ੋ ਹੋ ਰਿਹਾ ਉਹ ਤੇ ਫੋਨ ਲਾ ਕੇ ਤੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀਰ ਸੱਜਣ ਮਿੱਤਰ ਚਾਹਵਨ ਹੋਣ ਇਹ ਟਰੈਕਟਰ ਲੈਣ ਦੇ ਤੇ ਇੱਕ ਬਾਜੀ ਦੱਸਿਓ ਕਿ ਆਪਾਂ ਹਜੇ ਤਾਂ ਸੋਨਾ ਲੀਕਾ 750 ਤੇ 855 ਦਾ ਕੰਪੈਰੀਜ਼ਨ ਕਰਨਾ ਤੇ ਹੋਰ ਅੱਗੇ ਕਿਹੜੇ ਟਰੈਕਟਰ ਦਾ ਕਰੀਏ ਬਸ ਜਿਹੜਾ ਕੰਪੈਰੀਜ਼ਨ ਆਣਾ ਹੋ ਜਾਦਾ 3-4 ਦਿਨਾਂ ਤੱਕ ਆ ਜੇ ਅਜੇ ਬਣਾ ਰਹੇ ਆ ਉਹ ਦਾ ਥੋੜਾ ਜਿਗਾਡਮੈਂਟ ਆ ਜਾ ਤੇ ਉਹ ਥੋੜੇ ਦਿਨਾਂ ਤੱਕ ਆ ਜਾਊਗਾ ਪਰ ਦੱਸਿਓ ਜਰੂਰ ਕਿ ਅੱਗੇ ਆਪਾਂ ਕੰਪੈਰੀਜ਼ਨ ਕਿਹੜੇ ਟਰੈਕਟਰ ਦੇ ਉੱਤੇ ਕਰਾਂ ਕਰੀਏ ਫਿਰ ਉਸ ਟਰੈਕਟਰ ਦੀ ਆਪਾਂ ਪਹਿਲੇ ਜਾਣਕਾਰੀ ਸਾਰੀ ਐਨ ਲੈ ਕੇ ਲੁੱਕੇ ਫੋਟੋ ਵਗੈਰਾ ਅਰਚਟ ਕਰਕੇ ਰੱਖਾਂਗੇ ਅਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਵੀ ਇਹ ਫਾਇਦਾ ਚੱਕ ਸਕਣ ਤੇ ਚੈਨਲ ਨੂੰ ਹੋਰ ਸਪੋਰਟ ਮਿਲ ਸਕੇ ਤੇ ਹੁਣ ਅੱਗੇ ਗੱਲ ਕਰਦੇ ਆਂ ਜੀ ਸੋਨਾਲੀਕਾ 753 ਆਈ ਟਰੈਕਟਰ ਦੀ ਮਾਡਲ ਦੀ ਗੱਲ ਕਰੀਏ 2017 ਮਾਡਲ ਹੈ ਜੀ ਮਾਲਕ ਵੀਰਾਂ ਦੱਸਣ ਅਨਸਾਰ ਇਹ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਮਗਰਲੇ ਇਹ ਸਿਹਰਾ ਟਰੈਕਟਰ ਜੀ 올 ਸੀਲਡ ਆ ਕੋਈ ਕੰਮ ਨਹੀਂ ਭਾਲਦਾ ਕੋਈ ਰਿਪੇਅਰ ਨਹੀਂ ਭਾਲਦਾ ਕਿਤੋਂ ਕੋਈ ਆਵਾਜ਼ ਨਹੀਂ ਹੈਗੀਗੀ ਆ ਟਾਇਰ ਆ ਵਗੈਰਾ ਸਭ ਵਧੀਆ ਪਏ ਨੇ ਮਾਲਕ ਵੀਰਾਂ ਦੇ ਦੱਸਣ ਅਨਸਾਰ 80% ਟਾਇਰ ਪਏ ਨੇ। ਬਾਕੀ ਤੁਸੀਂ ਮਾਲਕਾਂ ਨੂੰ ਪੁੱਛ ਲੈ ਕਿ ਕਿਵਾਰ ਨਾ ਬੰਦੇ ਤੋਂ ਲਿਖਣ 'ਚ ਗਲਤੀ ਹੋ ਜਾਂਦੀ ਆ। ਤੇ 1900 ਘੰਟਾ ਚੱਲਿਆ ਹੋਇਆ ਵਾ ਬਠਿੰਡਾ ਨੰਬਰ ਆ। ਇੱਕ ਵਾਰੀ ਸਾਰੀ ਡਿਟੇਲ ਬਾਜੀ ਮਾਲਕਾਂ ਨੂੰ ਕਨਫਰਮ ਕਰ ਲਿਆ ਕਰੋ ਕਿਉਂਕਿ ਕਿੱਕੀ ਵਾਰ ਬੰਦੇ ਤੋਂ ਗਲਤੀ ਨਾ ਸਾਡੇ ਕੋਲ ਹੋਰ ਕੁਝ ਭੇਜਿਆ ਜਾਂਦਾ ਹੁੰਦਾ ਲੱਗ ਕੇ। ਤੇ ਜਿਵੇਂ ਜਿਵੇਂ ਆ ਰਿਹਾ ਹੈ ਉਹ ਇਤੋਂ ਵਿੱਚ ਲਿਖ ਦਿੰਨੇ ਹੁੰਦੇ ਆ। ਤੇ ਆ ਬਾਕੀ ਰੰਗ ਪੇਂਟ ਸਾਰਾ ਅਰੀਜਨਲ ਆ ਇੰਜਨ ਬਾਡੀ ਚਾਸੀ ਸਭ ਕੁਝ। ਪ੍ਰਾਈਸ ਦੀ ਗੱਲ ਕਰੀਏ 5.5 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਨੰਬਰ ਮਾਲਕਾਂ ਦਾ ਸਕਰੀਨ ਦੇਖ ਲੈ ਸ਼ੋ ਹੋ ਰਿਹਾ ਜੀ ਧੰਨਵਾਦ ਜੀ ਵੀਡੀਓ ਪੂਰੀ ਵੇਖਣ ਦੇ ਲਈ ਜੀ ਵਧੀਆ ਲੱਗਦੀ ਹੋਈ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ